ਸ੍ਰੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਅਲੋਤ ਅਤੇ ਜਿੱਥੇ ਆਪਾਂ ਰਹਿੰਦੇ ਹਾਂ ਅਤੇ ਇਹ ਅਲੋਤ ਦਾ ਜਵਾਲਾਮੁਖੀ ਆ ਜੋ ਹਜ਼ਾਰਾਂ ਸਾਲ ਪਹਿਲਾਂ ਫਟ ਚੁੱਕਾ ਸੀਗਾ ਹੁਣ ਦੇਖ ਲਓ ਜੀ ਇੱਥੇ ਕਿੱਦਾਂ ਹਰਿਆਲੀ ਆ ਅਤੇ ਚਾਰੇ ਪਾਸੇ ਖਰਗੋਸ਼ ਬਾਕੀ ਬਹੁਤ ਤਰ੍ਹਾਂ ਦੇ ਜਾਨਵਰ ਆ ਇੱਥੇ ਇੱਦਾਂ ਲੱਗਦਾ ਨਹੀਂ ਆ ਹੁਣ ਵੀ ਜਿਵੇਂ ਹੁੰਦਾ ਜਵਾਲਾਮੁਖੀ ਜਿੱਦਾਂ ਫਟਿਆ ਵੀ ਹੁੰਦਾ ਕਦੀ ਅਤੇ ਅੱਜ ਤੁਹਾਨੂੰ ਸਾਰਾ ਕੁਛ ਅਲੋਤ ਦਾ ਦਿਖਾਵਾਂਗੇ ਅਤੇ ਹਿਸਟੋਰਿਕ ਪਲੇਸਿਸ ਦਿਖਾਵਾਂ ਜਾਂ ਲੋਧੀਆਂ ਬਹੁਤ ਵਧੀਆ ਇੱਥੇ ਹਿਸਟੋਰਿਕ ਪਲੇਸਿਸ ਆ ਅਤੇ ਅੱਜ ਤੁਹਾਨੂੰ ਸੋਚਿਆ ਵੀ ਅਲੋਧ ਦਿਖਾਈ ਦੇਈਏ ਵੀ ਕਿੱਦਾਂ ਦਾ ਅਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਦੱਸਿਆ ਸੀਗਾ ਵੀ ਇੱਥੇ ਜਵਾਲਾਮੁਖੀ ਫਟਿਆ ਸੀਗਾ ਅਤੇ ਅਜੇ ਵੀ ਦੇਖ ਲਓ ਮਿੱਟੀ ਦਾ ਸਾਰਾ ਰੰਗ ਅਜੇ ਵੀ ਕਾਲਾ ਆ ਕਾਲਾ ਕਹਿ ਨਹੀਂ ਸਕਦਾ ਵੀ ਕੋਈ ਉੱਧਰੋਂ ਦੇਖ ਕੇ ਵੀ ਜਵਾਲਾਮੁਖੀ ਫਟਿਆ ਹੋਊਗਾ ਇੱਧਰੋਂ ਦੇਖ ਲਓ ਸਾਰਾ ਹਜੇ ਰੰਗ ਕਾਲਾ ਹੀ ਆ ਮਿੱਟੀ ਦਾ ਥੱਲੇ ਇੱਥੇ ਜਿੱਦਾਂ ਸਾਰਾ ਲਾਵਾ ਥੱਲੇ ਗਿਆ ਸੀਗਾ ਵੀ ਪਿੰਡ ਦੇ ਵਿੱਚ ਅਜੇ ਵੀ ਮਿੱਟੀ ਦਾ ਰੰਗ ਸਾਰਾ ਕਾਲਾ